Dale. ਹਾਂਜੀ ਪੱਪੂ ਭਾਅ ਜੀ, ਕੀ ਕਰ ਰਿਹਾ ਹੈ? ਹੋਰ ਸੁਣਾ ਪੱਪੂ ਭਾਅ ਜੀ, ਕੀ ਹਾਲ ਚਾਲ? ਵਧੀਆ, ਠੀਕ ਠਾਕ ਜੀ। ਹੋਰ ਕਿੱਦਾਂ? ਹਾਂਜੀ ਵੀਰ ਜੀ, ਰਾਤ ਮੀਂਹ ਪੈ ਗਿਆ, ਉਹ ਗੱਲ ਸੱਚੀ ਆ। ਕਹਿੰਦਾ ਜੇ ਸਾਲੀ ਕਿਸੇ ਨੇ ਦੁਸ਼ਮਣੀ ਕੱਢਣੀ ਆ ਨਾ, ਤਾਂ ਉਹਨੂੰ ਇਹੋ ਜਿਹੀ ਮੱਕੀ ਲਵਾ ਦੋ ਜਿਹੜੀ ਸੌਣ ਦੇ ਵੀ ਨੇ ਵੱਡੇ ਵੱਢਣੀ ਪਵੇ ਬਸ। ਉਹਦੇ ਨਾਂ ਤਾਂ ਪਹਿਲਾਂ ਚਾਰ ਨੂੰ ਵੱਢੇ ਹੋਣ, ਉਹਦੇ ਪਹਿਲਾਂ ਪਕਾਮੀ ਦਾ ਕਿਆ ਵੱਢਣੀ ਆ ਵੀ ਉਹ ਪਾ ਮੱਕੀ ਦਾ ਨਾ, ਵੀ ਜਦ ਇਹਨੂੰ ਵੱਢਣ ਆਈ ਦਾ ਯਾਰ, ਕੱਲ੍ਹ ਵੱਢਣ ਆਏ ਇੰਨੀ ਕੁ ਜਗ੍ਹਾ ਵੱਢੀ ਮੀਂਹ ਪੈ ਗਿਆ, ਕਿਵੇਂ ਪਾਣੀ ਕਿਹੜਾ ਖੇਲਾਂ 'ਚ। ਇਹਦਾ ਟਰੈਕਟਰ ਤਕੜਾ ਜਿਹੜਾ ਵਿਚਾਰਾ ਲਈ ਫਿਰੀ ਜਾਂਦਾ ਮਸ਼ੀਨ ਹੈ ਕਿ ਨਹੀਂ? ਬਿਲਕੁਲ ਜੀ ਬਿਲਕੁਲ। ਮੈਂ ਕਹਿੰਦਾ ਵੀ ਇੰਨੇ ਗਿੱਲੇ ਦੇ ਵਿੱਚੋਂ ਟੋਕਰੀਆਂ ਭਰ ਭਰ ਕੇ ਕੰਮ ਚੱਲਣਾ, ਡਬਲ ਖਰਚਾ ਨਹੀਂ, ਪਰ ਰਾਹ ਬਣਾ ਕੇ ਲਵਾਂਗੇ ਜ਼ਰੂਰ ਪੰਗਾ ਫਿਰ ਝੋਟੇ ਨਾਲ। ਆਉਂਦੇ ਆ ਕਿਹੜਾ ਤੰਦਾ ਰਾਹ ਬਣਾ ਕੇ ਫਿਰਦਾ ਕਰਦੇ ਆ। ਕੱਲ ਪਾਇਆ ਜਾਂ ਖੌਰੂ ਝੋਟੇ ਨੇ? ਹਾਂਜੀ ਪੱਪੂ ਭਾਅ ਜੀ, ਗਰਮੀ ਫਿਰ ਵੀ ਇਹਨੂੰ ਲੱਗਣ ਦੀ ਆ, ਫਿਰ ਚੜ ਗਿਆ ਬੱਦਲ।
ਪੱਪੂ ਮਗਰ ਜਿੰਦਰਾ ਪਾ ਕੇ ਲੈ ਆਇਆ। ਤੂੰ ਕੀ ਕਰਨਾ ਜਿੰਦਰੇ ਨਾਲ? ਪੱਪੂ ਤਾਂ ਬੰਦ ਕਰ ਦੇਣਾ ਜੀ।
ਮੱਕੀ ਨਾਲ ਦੀਆਂ ਵੱਢੀ ਜਾਂਦੇ ਆ, ਜਿੰਨਾ ਕੁ ਵੱਢ ਹੁੰਦਾ ਹਨਾ ਟਰੈਕਟਰ ਚੱਲਦਾ ਇੱਧਰ 55 ਨਾਲ ਦੀ ਨਾਲ ਕੱਤ ਕਰੀ ਜਾਂਦੇ ਆ ਕੱਦੂ, ਹਨਾ ਸਾਡੇ ਏਰੀਏ ਚ ਕੱਦੂ ਕਹਿ ਦਿੰਦੇ ਆ, ਇੱਧਰ ਕੱਤ ਕਹਿ ਦਿੰਦੇ ਆ ਤਾਰੇ ਵਿੱਚ ਪਾਣੀ ਖੜੀ ਝੋਨੇ ਦੇ ਚੱਕਣੇ ਆ।